ਆ ਦੇਖੋ ਆ ਦੇਖ ਬਈ ਬੰਦਾ ਮੈਨੂੰ ਪਿੱਛੇ ਪੈਰ ਮਾਰਨ ਵਾਸਤੇ ਨਹੀਂ ਭਰੀਆ ਤੇ ਨਾ ਭਰਿਆ ਮੋਟਰਸਾਈਕਲ ਪੱਜ ਚਲਿਆ ਵੀਰੇ ਬਣ ਕੇ ਪੈਸੇ ਵਾਲੀ ਕਿੱਟ ਪਈ ਹੈ ਚੱਕ ਲਿਓ ਚਾਬੀ ਵੀ ਉੱਠੀ ਆਈ ਮੇਰੀ ਕਿੱਟ ਚੱਕ ਲਿਓ ਬਸ ਮੇਰੀ ਮੇਰੀ ਕਿੱਟ ਲਿਆ ਦੋ ਬਸ ਆ ਦੇਖੋ ਜੀ ਮਾਰਨ ਨੂੰ ਪਿਆ ਹੈਗਾ ਬੰਦਾ ਆ ਦੇਖੋ ਜੀ ਉਹ ਮੇਰੀ ਕਿੱਟ ਤੇ ਮੋਟਰਸਾਈਕਲ ਵੀ ਦਿੰਦਾ ਪਿਆ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਦਲੀਪ ਕੁਮਾਰ ਹੈਗਾ ਜੀ ਅਸੀਂ ਜੀ ਕਿਸ ਲੈਣ ਵਾਸਤੇ ਗਏ ਸੀਗੇ ਪਿੰਡਾਂ 'ਚ ਗਰੁੱਪ ਲੋਨ ਹੈਗਾ ਆਪਣਾ L&T ਕੰਪਨੀ ਹੈ ਜੀ ਕਿਹੜੀ ਜਗ੍ਹਾ 'ਤੇ ਗਈ ਸੀ ਇਹ ਜੀ ਬਰਕੰਦੀ ਗਿਆ ਸੀ ਮੈਂ ਕਿਸ ਲੈਣ ਵਾਸਤੇ ਫਿਰ ਕੀ ਹੋਇਆ ਤੁਹਾਡੇ ਨਾਲ ਅਤੇ ਸੁਬਾ ਗਿਆ ਸੀ 9 ਵਜੇ ਉਦੋਂ ਕਿਸਤ ਵਾਸਤੇ ਕਿਹਾ ਉਹਨਾਂ ਨੂੰ ਮੈਂਬਰਾਂ ਨੂੰ ਮੈਂਬਰ ਦਾ ਨਾਂ ਤਾਂ ਹੈਗਾ ਜੀ ਕਿਰਨਪਾਲ ਕੌਰ ਹੈ ਅਤੇ ਉਹਨਾਂ ਦੇ ਹਸਬੈਂਡ ਦਾ ਨਾਮ ਰੋਸ਼ਨ ਸਿੰਘ ਹੈਗਾ ਉਹਨਾਂ ਨੂੰ ਮੈਂ ਸੁਬਾ ਗਿਆ ਸੀ ਕਿਸਤ ਵਾਸਤੇ ਕਿ ਤੁਸੀਂ ਆਪਣੀ ਕਿਸਤ ਕਰਕੇ ਰੱਖੋ ਉਦੋਂ ਤੱਕ ਮੈਂ ਪਿੰਡਾਂ 'ਚ ਹੋਰਾਂ ਤੋਂ ਕਿਸਤ ਲਿਆਉਂਦਾ ਅਤੇ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਤੁਸੀਂ ਆ ਜਾਇਓ ਵਾਪਸ ਕਿਸਤ ਲੈ ਜਾਇਓ ਅਤੇ ਜਦੋਂ ਮੈਂ 1.5 ਘੰਟੇ ਬਾਅਦ ਵਾਪਸ ਗਿਆ ਕਿਸਤ ਲੈਣ ਵਾਸਤੇ ਅਤੇ ਜਦੋਂ ਕਿਸਤ ਮੰਗੀ ਉਹਨਾਂ ਤੋਂ ਤਾਂ ਕਹਿੰਦੇ ਕਿਸਤ ਤਾਂ ਹੈ ਨਹੀਂ ਸਾਡੇ ਕੋਲ ਅਸੀਂ ਗੋਨਿਆਂ ਨੇ ਆ ਕੇ ਭਰਾਂਗੇ ਮੈਂ ਕਿਹਾ ਅਸੀਂ ਜਦੋਂ ਤੁਹਾਡੇ ਕੋਲ ਕੰਪਨੀ ਭੇਜ ਰਹੀ ਹੈ ਤੁਸੀਂ ਕਿਉਂ ਨਹੀਂ ਆਪਦੀ ਕਿਸਤ ਘਰੇ ਭਰ ਰਹੇ ਹੋ ਸਾਨੂੰ ਖਰਾਬ ਕਰ ਰਹੇ ਹੋ ਅਤੇ ਉਹ ਕਹਿੰਦੇ ਨਹੀਂ ਅਸੀਂ ਤਾਂ ਉੱਥੇ ਆ ਕੇ ਭਰਾਂਗੇ ਅਤੇ ਮੈਂ BM ਸਰ ਨਾਲ ਫੋਨ 'ਤੇ ਗੱਲ ਕਰੀ ਜਾਂਦਾ ਸੀ ਕਿ ਮੈਂ ਚਲੋ ਤੁਸੀਂ BM ਸਰ ਨਾਲ ਨੂੰ ਕਹਿ ਦਿਓ ਕਿ ਅਸੀਂ ਉੱਥੇ ਆ ਕੇ ਭਰਾਂਗੇ ਅਤੇ ਮੈਂ ਤਾਂ ਫੋਨ 'ਤੇ ਗੱਲ ਕਰ ਰਿਹਾ ਸੀ ਇੰਨੇ ਟਾਈਮ ਨੂੰ ਉਹ ਪਿੱਛੋਂ ਆ ਕੇ ਉਹਨੇ ਮੇਰੇ ਮੋਢੇ ਦੀ ਬਾਂਹ 'ਤੇ ਟੰਬਾ ਮਾਰਿਆ ਜੀ ਕਿਸ ਨੇ ਮਾਰਿਆ ਤੁਹਾਨੂੰ ਰੋਸ਼ਨ ਸਿੰਘ ਨੇ ਜੀ ਅਤੇ ਉਸ ਤੋਂ ਬਾਅਦ ਜਦੋਂ ਮੈਂ ਬਾਂਹ ਦੇ ਵਿੱਚ ਡਿੱਗ ਪਿਆ ਖੇਤਾਂ 'ਚ ਅਤੇ ਪਿੱਛੋਂ ਕਈ ਲੈ ਕੇ ਆ ਗਿਆ ਜੀ ਮਾਰਨ ਵਾਸਤੇ ਮੈਨੂੰ ਕਿੰਨੇ ਜਣੇ ਸੀ ਉਹ ਵੈਸੇ 2 ਜਣੇ ਸੀ ਇੱਕ ਉਹਦੀ ਵਾਈਫ ਅਤੇ ਉਹ ਇੱਕ ਆਪ ਤੁਸੀਂ ਕੀ ਮੰਗ ਕਰਦੇ ਬਸ ਜੀ ਜਿੰਨਾ ਖਰਚਾ ਹੋਇਆ ਜੀ ਸਾਡਾ ਅਤੇ ਅਸੀਂ ਕੰਪਨੀ ਦਾ ਲੋਨ ਬੰਦ ਕਰਾਉਣਾ ਚਾਹੁੰਦੇ ਹਾਂ ਅਤੇ ਜਿਹੜੀ 60 ਫੀਟ ਵੱਜੀ ਉਹਦਾ ਖਰਚਾ ਪਾਲਦੇ ਹਾਂ ਅਸੀਂ